ਸ਼ਰਾਰਤੀ ਅੰਸਰਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਦੇ ਖਾਲਸਾ ਦਾ ਝੰਡਾ ਲਹਿਰਾਇਆ ਜਾਂਦਾ ਹੈ ਕਦੇ ਕੇਸਰੀ ਝੰਡਾ ਲਹਿਰਾਇਆ ਜਾਂਦਾ ਹੈ ਤੇ ਕਦੇ ਦੀਵਾਰਾਂ ਤੇ ਕੁਛ ਨਾ ਕੁਛ ਲਿਖ ਦਿੱਤਾ ਜਾਂਦਾ ਹੈ ਪਿਛਲੇ ਕੁਝ ਸਮੇਂ ਤੋਂ ਖਾਲਸਾ ਦੀ ਸਮਰਥਕਾਂ ਦੇ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੇ ਮਕਸਦ ਦੇ ਨਾਲ ਅਜਈਆਂ ਵੱਖ-ਵੱਖ ਗਤੀਵਿਧੀਆਂ ਨੂੰ ਜਨਮ ਦਿੱਤਾ ਜਾ ਰਿਹਾ ਹੈ ਚਾਹੇ ਉਹ ਖਾਲਸਾ ਦਾ ਝੰਡਾ ਲਹਿਰਾਉਣ ਦੀ ਗੱਲ ਹੋਵੇ ਚਾਹੇ ਖਾਲਿਸਤਾਨ ਦੇ ਹੱਕ ਦੇ ਵਿੱਚ ਦੀਵਾਰਾਂ ਤੇ ਕੁਝ ਵੀ ਲਿਖਣ ਦੀ ਗੱਲ ਹੋਵੇ ਅਜੇ ਹੀ ਹੋਰ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਦੇ ਗੜਸ਼ੰਕਰ ਤੋਂ ਜਿੱਥੇ ਕਿ ਬੀਤੇ ਦਿਨੀ ਪਿੰਡ ਕਾਲੇਵਾਲ ਭਗਤਾ ਦੇ ਸਰਕਾਰੀ ਸਕੂਲ ਵਿਖੇ ਖਾਲਿਸਤਾਨੀ ਝੰਡਾ ਲੜਾਇਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਖਾਲਿਸਤਾਨੀ ਝੰਡੇ ਨੂੰ ਉਤਾਰ ਦਿੱਤਾ ਸੀ ਤੇ ਅੱਜ ਫੇਰ ਇੱਕ ਵਾਰ ਅਜਿਹੀ ਹੀ ਹਰਕਤ ਸ਼ਰਾਰਤੀ ਅੰਸਰਾ ਵੱਲੋਂ ਕੀਤੀ ਗਈ ਹੈ ਦਰਅਸਲ ਗੜਸ਼ੰਕਰ ਦੇ ਜੈਦਪੁਰ ਬਾਹੋਵਾਲ ਸਮੇਤ ਹੋਰ ਪਿੰਡਾਂ ਦੇ ਵਿੱਚ ਖਾਲਿਸਤਾਨੀ ਪੱਖੀ ਨਾਰੇ ਜੋ ਕਿ ਵੱਖ-ਵੱਖ ਥਾਵਾਂ ਤੇ ਲਿਖੇ ਗਏ ਨੇ ਪੁਲਾਂ ਵਿਖੇ ਲਿਖੇ ਗਏ ਨੇ ਖੇਡ ਮੈਦਾਨਾਂ ਤੇ ਲਿੰਕ ਸੜਕਾਂ ਤੇ ਲਿਖ ਦਿੱਤੇ ਗਏ ਨੇ ਜਿਸ ਦੇ ਕਾਰਨ ਲੋਕਾਂ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਖ-ਵੱਖ ਥਾਵਾਂ ਦੇ ਉੱਤੇ ਲਿਖਿਆ ਹੈ ਕਿ ਖਾਲਿਸਤਾਨ ਵੋਟਾਂ ਬਣਾਓ ਜੀ ਤੇ ਇਹ ਇਹ ਨਾ ਸਿਰਫ ਇੱਕ ਜਗ੍ਹਾ ਤੇ ਲਿਖਿਆ ਬਲਕਿ ਵੱਖ-ਵੱਖ ਥਾਵਾਂ ਤੇ ਲਿਖਿਆ ਗਿਆ ਜਿਸ ਤੋਂ ਬਾਅਦ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਨੂੰ ਵੀ ਨਹੀਂ ਪਤਾ ਕਿ ਕਿੰਨਾ ਦੇ ਵੱਲੋਂ ਅਜਿਹੇ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਇਹ ਲਗਾਤਾਰ ਸਾਹਮਣੇ ਆ ਰਿਹਾ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਵੁਸ਼ਰਾਰਤੀ ਅੰਸਰਾਂ ਦੇ ਵੱਲੋਂ ਵੱਖੋ-ਵੱਖਰੇ ਉਪਰਾਲੇ ਕੀਤੇ ਜਾ ਰਹੇ ਨੇ ਜਦੋਂ ਤੋਂ ਗੁਰਪਤਵੰਨ ਪੰਨੂ ਤੇ ਉਸ ਦੇ ਨੋ ਖਾਲਿਸਤਾਨੀ ਸਮਰਥਕਾਂ ਨੂੰ ਭਾਰਤ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਆਤਵਾਦੀ ਘਰਾੜ ਦਿੱਤਾ ਉਸ ਤੋਂ ਬਾਅਦ ਜਿੱਥੇ ਪੁਲਿਸ ਪੂਰੀ ਮੁਸਤੈਦੀ ਵਰਤ ਰਹੀ ਹੈ ਖਾਲਿਸਤਾਨੀ ਸਮਰਥਕਾਂ ਨੂੰ ਫੜਨ ਦੇ ਵਿੱਚ ਉੱਥੇ ਹੀ ਕੁਝ ਸ਼ਰਾਰਤੀ ਅੰਸਰਾਂ ਜਾਂ ਫਿਰ ਇੰਨਾ ਹੀ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਪੰਜਾਬ ਵਿੱਚ ਕਿਤੇ ਝੰਡੇ ਲੜਾਏ ਜਾਂਦੇ ਨੇ ਤੇ ਕਿਤੇ ਖਾਲਿਸਤਾਨੀ ਪੱਖੀ ਨਾਰੇ ਲਿਖੇ ਜਾਂਦੇ ਨੇ ਨਾ ਸਿਰਫ ਇਹ ਗੜ ਸ਼ੰਕਰ ਦੀਆਂ ਤਸਵੀਰਾਂ ਨੇ ਇਸ ਤੋਂ ਪਹਿਲਾਂ ਜੇਕਰ ਆਪਾਂ ਝਾਤ ਮਾਰੀਏ ਤਾਂ ਮੋਂਗਾ ਵਿਖੇ ਵੀ ਸਰਕਾਰੀ ਦਫ਼ਤਰ ਵਿਖੇ ਇਸੇ ਤਰ੍ਹਾਂ ਹੀ ਖਾਲਿਸਤਾਨੀ ਝੰਡਾ ਲੜਾਇਆ ਗਿਆ ਸੀ ਸਰਸਾ ਵਿਖੇ ਵੀ ਕੋਟਕਪੂਰਾ ਓਵਰ ਬ੍ਰਿਜ ਤੇ ਵੀ ਲੜਾਇਆ ਗਿਆ ਹੋਰ ਵੀ ਕਈ ਕੋਕਵਕਾ ਥਾਵਾ ਨੇ ਇਥੋਂ ਤੱਕ ਕਿ ਲੁਧਿਆਣਾ ਦੀ ਸਸੀਲ ਦੇ ਉੱਤੇ ਵੀ ਇਸੇ ਤਰ੍ਹਾਂ ਦਾ ਕੇਸ ਛੇੜ ਝੰਡਾ ਲੜਾਇਆ ਗਿਆ ਸੀ ਸੁਣੋ ਇੱਕ ਵਾਰੀ ਫੇਰ ਸ਼ਰਾਰਤੀ ਅਨਸਰਾਂ ਦੇ ਵੱਲੋਂ ਗੜਸ਼ੰਕਰ ਵਿਖੇ ਖਾਲਿਸਤਾਨੀ ਪੱਖੀ ਨਾਰੇ ਲਿਖੇ ਗਏ ਨੇ ਕੰਦਾਂ ਦੇ ਉੱਤੇ ਪੁਲਾਂ ਦੇ ਉੱਤੇ ਖੇਡ ਮੈਦਾਨਾਂ ਦੇ ਵਿੱਚ ਇਥੋਂ ਤੱਕ ਕਿ ਸਰਕਾਰੀ ਸਕੂਲ ਵਿਖੇ ਵੀ ਬੀਤੇ ਕੱਲ੍ਹ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚੀ ਸੀ ਤੇ ਉਹਨਾਂ ਨੇ ਝੰਡਾ ਉਤਾਰ ਦਿੱਤਾ ਸੀ ਸੋ ਅਜਿ ਘਰ ਫਿਰ ਅਜੇ ਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਗੜਸ਼ੰਕਰ ਵਿਖੇ ਹੀ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ ਆ ਕੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਖਾਲਿਸਤਾਨ ਵੋਟ ਬਣਾਉਣ ਦੇ ਵਾਕਫ ਸਥਾਨਾਂ ਤੇ ਲਿਖਿਆ ਹੋਇਆ ਸੀ ਤੇ ਇਸ ਸਾਰੇ ਮਾਮਲੇ ਬਾਰੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਕਿੰਨਾਂ ਦੇ ਵੱਲੋਂ ਇਹ ਸਾਰਾ ਕੁਝ ਲਿਖਿਆ ਗਿਆ ਇਸ ਬਾਰੇ ਉਹਨਾਂ ਦੇ ਕੋਲ ਵੀ ਕੋਈ ਜਾਣਕਾਰੀ ਨਹੀਂ ਸੀ ਕਿ ਕੁਝ ਕਹਿਣਾ ਸੀ ਇਹਨਾਂ ਲੋਕਾਂ ਦਾ ਆਉ ਸੁਣਦੇ ਆ। ਕੁਸ਼ਮਰ ਸਿੰਘ ਕੁਸ਼ਮਰ ਜੀ ਕੀ ਕਰਦੇ ਹੋ ਤੇ ਕੀ ਲਿਖਿਆ? ਮੇਰਾ ਸਰ ਆ ਮੇਰਾ ਟਾ ਬਾ ਇਹ ਅਸੀਂ ਵੀ ਹੁਣੇ ਜ਼ਿਲ੍ਹੇ ਐਸਐਚਓ ਸਾਹਿਬ ਆਏ ਸੀਗੇ। ਪੁੱਛਲੇ ਸਾਨੂੰ ਵੀ ਪਤਾ ਲੱਗਿਆ ਕਿ ਆ ਕੀ ਲਈ ਆ ਹੋਇਆ। ਮੈਂ ਕਿ ਹੁਣੇ ਸ਼ਹਿਰੋਂ ਆਇਆ ਆ ਤੇ ਜ਼ਿਲ੍ਹੇ ਆਇਆ ਤੇ ਸਾਡੇ ਕੋਲ ਆਏ ਕਹਿੰਦੇ ਕੈਮਰੇ ਲੱਗੇ ਹੋਏ ਮੈਂ ਕਹਾਂ ਜੀ ਕੈਮਰੇ ਲੱਗੇ ਹੋਈ ਆ ਤੇ ਕਹਿੰਦੇ ਕੈਮਰਾ ਚੈੱਕ ਕਰੋ ਬੱਤੀ ਹੀੜੀ ਸੀ ਤੇ ਬੱਤੀ ਕਹਿੰਦੇ ਚਲੋ ਠੀਕ ਆ ਅਸੀਂ ਫੇਰ ਚੈੱਕ ਕਰ ਲਵਾਂਗੇ। ਤੇ ਮੁੜ ਕੇ ਕਹਦੇ ਕਿ ਇਹ ਲਿਖਿਆ ਸਾਨੂੰ ਪਤਾ ਨਹੀਂ ਜਿਹੜਾ ਇਹ ਖਾਲਿਸਤਾਨ ਵਾਲੇ ਲਿਖਿਆ ਹੋਇਆ ਇਹ ਖਾਲਿਸਤਾਨ ਬੋਰਡ ਬਣਾਓ ਸਾਨੂੰ ਬਹੁਤ ਹੈ ਕਹਿੰਦੇ ਬਹੁਤ ਜਗ੍ਹਾ ਆ ਹ ਬਹੁਤ ਜਗ੍ਹਾ ਆਲੇ ਤੋਂ ਅੱਗੇ ਪਿੱਛੇ ਸਾਰੇ ਜਗ੍ਹਾ ਕਹਿੰਦੇ ਲਿਖਿਆ ਹੋਇਆ ਇਸ ਵੀ ਸੇ ਜੀ ਕਿਹੜਾ ਐਡਾ ਆ ਤੇ ਕੀ ਲਿਖਿਆ ਹੋਇਆ ਗ੍ਰਾਮਪੁਰ ਦਾ ਜੀ ਲਿਖਿਆ ਹੋਇਆ ਇੱਥੇ ਇੱਥੇ ਲਿਖਿਆ ਜੀ ਖਾਲਿਸਤਾਨ ਬੋਟਾ ਬਣਾਓ ਕੀ ਤੁਸੀਂ ਕਦੇ ਦੇਖਿਆ ਇਹ ਤਾਂ ਸਵੇਰੇ ਜਿੱਥੇ ਜੀ ਅੱਜ ਕੋ ਆਇਆ ਪੁਲਿਸ ਵਾਲਾ ਜਿਹੜਾ ਪੁਲਿਸ ਵਾਲੇ ਆਏ ਸੀਗੇ ਦੇਖ ਕੇ ਚਲੇ ਗਏ ਜੀ ਕੱਲ ਵੀ ਕੋਈ ਕੰਡਾ ਚੜ੍ਹਿਆ ਭੰਕਾ ਬਾਤਾਂ ਕੋਈ ਨਹੀਂ ਹੋ ਹਾਂਜੀ ਹਾਂਜੀ ਓਕੇ ਜੀ ਉੱਥੇ ਵੀ ਜਿੱਦਾਂ ਜੀ ਸਕੂਲ ਦੇ ਵਿੱਚ ਕੰਡਾ ਚੜ੍ਹਿਆ ਸੀ ਉੱਥੇ ਕੀ ਲੱਗਦਾ ਤੁਹਾਨੂੰ ਕੌਣ ਸ਼ਰਾਰਤੀ ਆਂਸਰ ਕੌਣ ਲਿਖ ਸਕਦਾ ਹੈ ਇਹ ਤਾਂ ਕੁਛ ਨਹੀਂ ਜੀ ਕਹਿ ਸਕਦੇ ਅਸੀਂ ਜੇ ਤਾਂ ਹੁਣ ਕੁਝ ਨਹੀਂ ਕਹਿ ਸਕਦੇ ਇਹ ਵੀ ਕਹੋ ਜੀ ਲਿਖਿਆ ਜਾਵੇ ਤਾਂ ਅੱਡਾ ਆ ਜਾਂ ਨਾਲ ਅੱਡਾ ਆ ਉਹ ਤਾਂ ਮੇਨ ਜਿੱਦਾਂ ਰੋਡ ਚੱਲਦਾ ਹੈ ਵੈਸੇ ਦਾ ਰਾਤ ਨੂੰ ਤਾਂ ਯਾਰ ਸ਼ਰਾਰਤੀ ਆਂਸਰੀਆਂ ਦਾ ਕੰਮ ਆਉਂਦਾ ਹੈ ਤਥੇ ਮੌਜੂਦ ਲੋਕਾਂ ਨੂੰ ਕੁਝ ਵੀ ਨਹੀਂ ਪਤਾ ਕਿ ਕਿੰਨਾਂ ਦੇ ਵੱਲੋਂ ਇਸ ਤਰ੍ਹਾਂ ਕੰਦਾ ਤੇ ਲਿਖਿਆ ਗਿਆ ਹੈ ਅਤੇ ਰਾਤ ਦੀ ਇਹ ਘਟਨਾ ਦੂਜੇ ਪਾਸੇ ਪੁਲਿਸ ਨੇ ਜਦੋਂ ਇਸ ਸਬੰਧੀ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹਨਾਂ ਨਾਰਿਆਂ ਦੇ ਵਿੱਚ ਖਾਲਿਸਤਾਨ ਦੇ ਬਾਰੇ ਲਿਖਿਆ ਹੋਇਆ ਸੀ ਤੇ ਇਹਨਾਂ ਨੂੰ ਹੁਣ ਮਿਟਾ ਦਿੱਤਾ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਜੋ ਵੀ ਦੋਸ਼ੀ ਹੋਏ ਉਹਨਾਂ ਖਿਲਾਫ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਹੋਰ ਕੀ ਕਹਣਾ ਸੀ ਪੁਲਿਸ ਅਧਿਕਾਰੀ ਦਾ ਸੁਣਾਉਨੇ ਆ ਤभी ਇਹ ਨਾਰੇ ਦੇਖ ਕੇ ਕੀ ਮਾਮਲਾ ਜੀ ਸਰ ਇਹ ਜਿਹੜਾ ਕਿਸੇ ਕਿਸੇ ਸ਼ਰਾਰਤੀ ਅੰਸਰ ਦਾ ਜਿਹੜਾ ਕੰਮ ਹੈਗਾ ਤੇ ਇਹਦੀ ਜਿਹੜੀ ਇਹ ਛਾਣਬੀੜ ਕੀਤੀ ਜਾ ਰਹੀ ਹੈ ਜੋ ਵੀ ਛਾਣਬੀੜ ਕਰਕੇ ਪਤਾ ਲਗਾ ਕੇ ਤੇ ਬਰਾਬਰ ਖਿਲਾਫੀ ਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਕਿੰਨੇ ਕਿੱਜਗਾ ਲਿਖੇ ਹੋਏ ਜਿਹੜੇ ਨੂੰ ਤੱਕ ਪਤਾ ਲੱਗਦਾ ਇਹ ਅਲੱਗ-ਅਲੱਗ ਜਗ੍ਹਾ ਜਿਹੜਾ ਹੈਗਾ ਕਿ 5-10 ਥਾਵਾਂ ਤੇ ਅਲੱਗ-ਅਲੱਗ ਜਗ੍ਹਾ ਲਿਖੇ ਹੋਏ ਆ ਤੇ ਛਾਣਬੀੜ ਕਰ ਲੈਣ ਇਹਨਾਂ ਨੂੰ ਹੁਣ ਦੇਖ ਕੇ ਮਟਾਇਆ ਜਾ ਰਿਹਾ ਹਾਂ ਇਹ ਮਟਾ ਦਿੱਤਾ ਹੈ ਜੋ ਵੀ ਹੈ ਸਰ ਕੀ ਲੱਗਦਾ ਕਿ ਇੱਕ ਵਿਰੋਧੀ ਕੰਮ ਆ ਕਿ ਜਿਆਦਾ ਕੋਈ ਸ਼ਰਾਰਤੀ ਅੰਸਰ ਦਾ ਇਹ ਛਾਣਬੀੜ ਤਾ پولیس ਅਧਿਕਾਰੀ ਦਾ ਕਹਿਣਾ ਹੈ ਕਿ ਜੋ ਇਹ ਖਾਲਿਸਤਾਨੀ ਪੱਖੀ ਲਿਖੇ ਗਏ ਨੇ ਇਹਨਾਂ ਸਾਰਿਆਂ ਨੂੰ ਮਿਟਾ ਦਿੱਤਾ ਜਾਵੇਗਾ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਵੱਡਾ ਸਵਾਲ ਇਹ ਹੈ ਕੀ ਆਏ ਦਿਨ ਅਜਈਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪੰਜਾਬ ਦੇ ਵੱਖ-ਵੱਖ ਛਿੱਲਿਆਂ ਦੇ ਵਿੱਚੋਂ ਤਾਂ ਕਿੰਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਬਾਰੇ ਤਾਂ ਅਜੇ ਤੱਕ ਪੁਲਿਸ ਪ੍ਰਸ਼ਾਸਨ ਪਹੁੰਚ ਹੀ ਨਹੀਂ ਸਕਿਆ ਹਾਲਾਂਕਿ ਹਾਲੀ ਦੇ ਵਿੱਚ ਦਿੱਲੀ ਦੀ ਪੁਲਿਸ ਦੇ ਵੱਲੋਂ ਦੋ ਖਾਲਿਸਤਾਨੀ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਦੇ ਨਿਸ਼ਾਨੇ ਦੇ ਉੱਤੇ ਕਈ ਵੱਡੇ ਰਾਜਨੀਤਿਕ ਆਗੂ ਸਨ ਉੱਥੇ ਵੀ ਪੰਜਾਬ ਪੁਲਿਸ ਦੇ ਹੱਥ ਵੀ ਵੱਡੀ ਕਾਮਯਾਬੀ ਲੱਗੀ ਉਹਨਾਂ ਨੇ ਵੀ ਦੋ ਖਾਲਿਸਤਾਨੀ ਪੱਖੀ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਪਰ ਜੇ ਇੱਕ ਪਾਸੇ ਗ੍ਰਿਫਤਾਰ ਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਦੂਜੇ ਪਾਸੇ ਅਝੀਆਂ ਹਰਕਤਾਂ ਦੇ ਕਿਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਇਹਨਾਂ ਸਿਰਫ ਹੁਣ ਤੋਂ ਬਲਕਿ 14 ਅਗਸਤ ਤੋਂ ਬਾਅਦ ਲਗਾਤਾਰ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਸੇ ਤਰ੍ਹਾਂ ਹੀ ਕਿਤੇ ਤਾਂ ਖਾਲਸਤਾਨੀ ਝੰਡਾ ਲੜਾ ਦਿੱਤਾ ਜਾਂਦਾ ਹੈ ਕਿਤੇ ਕੇਸਰੀ ਝੰਡਾ ਲਹਿਰਾ ਦਿੱਤਾ ਜਾਂਦਾ ਹੈ ਤੇ ਕਿਤੇ ਇਸੇ ਤਰ੍ਹਾਂ ਦੇ ਨਾਰੇ ਲਿਖ ਦਿੱਤੇ ਜਾਂਦੇ ਨੇ ਸੋ ਹੁਣ ਪੁਲਿਸ ਨੂੰ ਮੁਸਤੈਦੀ ਵਰਤਨ ਦੀ ਲੋੜ ਹੈ ਕਿ ਇਹ ਜਹੇ ਸ਼ਰਾਰਤੀ ਅੰਸਰ ਦੁਬਾਰਾ ਅਜਿਹਾ ਕੁਝ ਨਾ ਕਰ ਸਕਣ ਇਸ ਦੇ ਲਈ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ ਦੂਜੇ ਪਾਸੇ ਸ਼ਿਵ ਸੈਨਾ ਦੇ ਆਗੂਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਤਾਂ ਜ਼ਾਬ ਤੌਰ ਤੇ ਗੱਲ ਆਖ ਦਿੱਤੀ ਹੈ ਕਿ ਅਜਿਹੀਆਂ ਹਰਕਤਾਂ ਸ਼ਿਵ ਸੈਨਾ ਦਾ ਕਹਿਣਾ ਹੈ ਕਿ ਇਹ ਖਾਲਸਾਨੀ ਸਮਰਸਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਗੁਰਪਤਵੰਤ ਪੰਨੂ ਜੋ ਇਹਨਾਂ ਦਾ ਮੁਖੀ ਹੈ ਉਸ ਨੂੰ ਭਾਰਤ ਲਿਆਂਦਾ ਜਾਵੇ ਉਸ ਦਾ ਸਾਰਾ ਖਰਚਾ ਸ਼ਿਵ ਸੈਨਾ ਦੇ ਵੱਲੋਂ ਚੁੱਕਿਆ ਜਾਵੇਗਾ ਕਿਉਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਰਪਤਵੰਤ ਪੰਨੂ ਤੇ ਉਸ ਦੇ ਨੌ ਖਾਲਿਸਤਾਨੀ ਸਮਰਥਕਾਂ ਨੂੰ ਆਤਵਾਦੀ ਘਰਾੜ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਗੁਰਪਤਵੰਤ ਪੰਨੂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੇ ਵਿੱਚ ਹਿੰਮਤ ਹੈ ਤਾਂ ਪੰਜਾਬ ਵਿੱਚ ਵੜ ਕੇ ਦਿਖਾਵੇ ਪਰ ਇਹ ਸਭ ਦੇ ਵਿਚਾਲੇ ਜਿੱਥੇ ਗੁਰਪਤਵੰਤ ਪੰਨੂ ਦੇ ਵੱਲੋਂ ਵੀਡੀਓ ਜਾਰੀ ਕਰ ਕਰਕੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਹੁਣ ਲਗਾਤਾਰ ਸ਼ਰਾਰਤੀ ਅੰਸਰਾਂ ਦੇ ਵੱਲੋਂ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਲਈ ਕਿਤੇ ਖਾਲਿਸਤਾਨ ਦਾ ਝੰਡਾ ਲੜਾ ਦਿੱਤਾ ਜਾਂਦਾ ਹੈ ਤੇ ਕਿਤੇ ਖਾਲਿਸਤਾਨੀ ਪੱਖੀ ਨਾਰੇ ਲਿਖ ਦਿੱਤੇ ਜਾਂਦੇ ਨੇ ਸੋ ਹੁਣ ਪੁਲਿਸ ਨੂੰ ਸਖਤ ਕਾਰਵਾਈ ਕਰਨੀ ਪਵੇਗੀ ਤਾਂ ਜੋ ਅਜਈਆਂ ਘਟਨਾਵਾਂ ਦੁਬਾਰਾ ਸਾਹਮਣੇ ਨਾ ਆ ਸਕਣ ਫਿਲਹਾਲ ਦੇ ਲਈ ਮੈਨੂੰ ਦਿਓ ਆਗਿਆ ਜੁੜੇ ਰੋ ਸਪੋਕਸਮੈਨ ਟੀਵੀ ਦੇ ਨਾਲ